चढ़ दे ते लेंदे दी एक ही कहानियां, एक आ जमीन ते एक ही आ पानियां। असलाम वालेकुम वीर भरावो, उम्मीद करता जिथे भी हो हसते वसते हो चढ़ता लेंदे पंजाब रिएक्शन दे विच तुहाडा स्वागत करते हैं। अज का वीडियो बड़े मजेदार वीडियो लैके आए हैं। पसूड़ी सॉन्ग तुहां सुनिया होगा, पाकिस्तान कोक स्टूडियो दा जिहड़ा ना गाना है पसूड़ी। असी पसूड़ी सॉन्ग ते भंगड़ा वेखण वाले आ, पंजाबियां दी वर्कशॉप दा भंगड़ा है जनाब। वीडियो दा टाइटल है जी पसूड़ी वर्कशॉप भंगड़ा अंपायर कोक स्टूडियो। पाकिस्तानी कोक स्टूडियो दा सॉन्ग है पसूड़ी, बड़ा कमाल दा, बड़ा हिट सॉन्ग है। उहदे उत्ते अपना पंजाबियां भरावां जिहड़ा ना सानू भैणां भरावां प्यार वहाया, अपना भंगड़ा वहाया ते बहिंदे आ जाके कि यह पसूड़ी सॉन्ग ते किंज दा भंगड़ा जिहड़ा ना, इहदे ते डांस ते वेख्या माड़ा मोटा, लेकिन भंगड़े दा कोई स्टाइल ही अलग है। कोई मतलब बहिंदे आ कि किंज दा पाया पंजाबी भरावां। ते यह बड़ी वड्डी वर्कशॉप भंगड़ा अंपायर जिथे सानू ना हर तरह के भंगड़े वेखन नूं मिल जाणगे वेखन नूं। ते इन्हां नूं जाके सबसक्राइब करो, सपोर्ट करो, ते साडे चैनल चढ़दा लैंदा पंजाब नूं सपोर्ट, सबसक्राइब, लाइक, बैल आइकन लाजमी दबा दिओ जी। तो वीडियो करदे आ फिर तुहाडे नाल मिल के स्टार्ट। बहिंदे यार पसूड़ी सॉन्ग ਭੰਗੜੇ ਦਾ ਮਜ਼ਾ ਯਾਰ, ਬਾਕੀ ਗੱਲ ਭੰਗੜੇ ਦਾ ਆਪਣੇ ਮਜ਼ਾ, ਸਟਾਈਲ ਆਪਣਾ, ਸਵਾਦ ਆਪਣਾ, ਕਿਆ ਬਾਤ। सोचा नहीं इस गाने से भंगड़ा भी पै सकता है। वधिया वधिया लेवल कराता सिस्टम। अगले जिहड़े ना पार्टी है भंगड़े
ਦੱਸ ਰਿਹਾ ਹਾਂ ਅਰਜੀਤ ਬਗੈਰ ਭੰਗੜਾ ਨੇ ਤੇ ਪੰਜਾਬੀ ਤੋਂ ਬਗੈਰ ਭੰਗੜਾ ਨੇ ਪੰਜਾਬੀ ਤੋਂ ਬਗੈਰ ਭੰਗੜਾ ਇੰਜੀ ਗੱਲ ਹੋਈ ਪਾਸ ਸਾਡੇ ਛੋਟੇ ਛੋਟੇ ਬੱਚੇ ਆਏ ਨੇ ਕਿਉਂ ਜੇ ਦੋ ਪੰਜਾਬੀ ਭਰਾਵਾਂ ਦਾ ਪਿਆਰ ਹੈ ਜਿੰਨਾ ਜਿਹੜਾ ਨਾ ਪਾਕਿਸਤਾਨੀ ਸੂਰੀ ਦੇ ਇਹਨਾਂ ਦਾ ਭੰਗੜਾ ਪਾਇਆ ਸਰਕਾਰ ਵੀ ਹੈਵੀ ਐਨਰਜੀ ਨਾਲ ਆਏ ਵਧੀਆ ਸਿੱਖਣਾ ਪੈਣਾ ਪਹਿਲਾਂ ਇੱਡੀ ਆਮ ਗੱਲ ਨੀ ਭੰਗੜਾ ਆਪਣੇ ਭਰਾਵਾਂ ਕੋਲ ਸਿੱਖਾਂ ਅੱਛਾ ਜੀ ਬੜਾ ਹੀ ਵਧੀਆ ਅਤੇ ਬੜਾ ਹੀ ਜਿਹੜਾ ਨਾ ਅੱਜ ਮਜ਼ਾ ਚਸਕ ਕਰਾਤੀ ਉਹ ਆਉਂਦੇ ਨਾ ਸਾਗ ਰੋਟੀ ਦੇ ਨਾਲ ਜਿਵੇਂ ਮੱਖਣ ਜਿਹਾ ਮਿਲ ਜਾਂਦਾ ਜਾਂ ਤੜਕਾ ਜਿਹਾ ਮਿਲ ਜਾਂਦਾ ਉਹ ਜਿਹਾ ਹਿਸਾਬ ਹੋ ਗਿਆ ਬਈ ਭਸੂੜੀ ਗਾਣੇ ਦਾ ਰੇਂਜ ਦਾ ਭੰਗੜਾ ਮਿਲ ਗਿਆ ਲੈਵਲ ਹੀ ਕਰਾਤਾ ਯਾਰ ਅਤੇ ਯਾਰ ਮੈਂ ਨਹੀਂ ਸੋਚਿਆ ਕਿ ਯਾਰ ਭਸੂੜੀ ਗਾਣੇ 'ਤੇ ਕਿਸੇ ਭੰਗੜਾ ਵੀ ਪਾਇਆ ਮੈਨੂੰ ਅੱਜ ਅਚਾਨਕ ਮੈਂ ਵੇਖਿਆ ਅਤੇ ਵੀਡੀਓ ਮਿਲਿਆ ਭੰਗੜਾ ਪੈਰ ਅਤੇ ਮੈਂ ਇਹਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਅਤੇ ਇਹਨਾਂ 'ਤੇ ਮਿਲਿਆ ਮੈਂ ਕਿਹਾ ਯਾਰ ਕਿਉਂ ਨਾ ਇਹਦੇ 'ਤੇ ਡਾਂਸ ਡੂਨਸ ਵੈਸੇ ਉਹ ਕਾਫੀ ਵੇਖੇ ਨੇ ਟਿਕਟੋਕ 'ਤੇ ਵੀ ਉਂਝ ਵੀ ਵੈਸੇ ਡਾਂਸ ਕੀਤੇ ਨੇ ਲੋਕਾਂ ਨੇ ਲੇਕਿਨ ਗਾਣਾ ਵੀ ਬੜਾ ਮਸ਼ਹੂਰ ਹੋਇਆ ਕੁੱਕ ਸਟੂਡੀਓ ਦਾ ਲੇਕਿਨ ਇਹ ਵੀ ਕਿ ਸਾਨੂੰ ਨਹੀਂ ਸੀ ਪਤਾ ਸਾਡੇ ਪੰਜਾਬੀ ਵੀਰਾਂ ਭੰਗੜਾ ਪਾਏ ਨੇ ਜਿਹੜਾ ਨੇ ਇਹਦੇ 'ਤੇ ਭੰਗੜਾ ਵੀ ਪਾ ਦਿੱਤਾ ਅਤੇ ਭੰਗੜਾ ਪਾ ਕੀ ਦਿੱਤਾ ਕਮਾਲ ਹੀ ਕਰਤਾ ਕਮਾਲ ਹੀ ਕਰ ਦਿੱਤਾ ਯਕੀਨ ਕਰੋ ਲੈਵਲ ਕਰਤਾ ਅਤੇ ਮੈਂ ਉਹੀ ਗੱਲ ਕਹਿਣ ਡਿਆ ਸੀ ਅੱਗੇ ਅਵੈਸ ਭਾਈ ਨੂੰ
ਕਿ ਯਾਰ ਭੰਗੜੇ ਵਾਸਤੇ ਪੰਜਾਬੀ ਹੋਣਾ ਚਾਹੀਦਾ ਬਿਲਕੁਲ ਤੇ ਭੰਗੜੇ ਵਾਸਤੇ એનર્ਜੀ ਹੋਣੀ ਚਾਹੀਦੀ ਲੱਸੀ ਦੁੱਧ ਪੀ ਕੇ ਭੰਗੜਾ ਪਾ ਸਕਦਾ ਆਮ ਬੰਦਾ ਨਹੀਂ ਪਾ ਸਕਦਾ ਡਾਂਸ ਡੂਨਸ ਦਾ ਹੋਰ ਸੀਨ ਹੈ ਭੰਗੜੇ ਦਾ ਹੋਰ ਸੀਨ ਹੈ ਭੰਗੜੇ ਦੇ ਵਿੱਚ ਤੁਹਾਨੂੰ ਆਪਣਾ ਅੰਗ ਅੰਗ ਹਿਲਾਉਣਾ ਪੈਂਦਾ ਮਤਲਬ ਬਾਹਾਂ ਛਾਲਾਂ ਲੱਤਾਂ ਉੱਤੇ ਥੱਲੇ ਯਾਰ ਇਹ ਬੜੇ ਕਮਾਲ ਦਾ ਚੀਜ਼ ਹੈ ਜਿਹੜੇ ਬੰਦੇ ਪ੍ਰੋਫੈਸ਼ਨਲ ਪਾਉਂਦੇ ਨੇ ਜਾਂ ਜਿਹੜੇ ਬੰਦੇ ਇੱਕ ਜਿਹਨਾਂ ਸਿੱਖਿਆ ਜਿਹਨਾਂ ਨੂੰ ਬਿਲਕੁਲ ਆਉਂਦਾ ਨਾ ਪੰਜਾਬੀ ਭਰਾਵਾਂ ਨੂੰ ਉਹਨਾਂ ਕੋਲ ਪੁੱਛ ਕੇ ਵੇਖੋ ਜਿੰਨੇ ਪਾਉਣ ਦਾ ਮਜ਼ਾ ਆਉਂਦਾ ਤੇ ਭੰਗੜਾ ਵੇਖਣ ਦਾ ਭੰਗੜਾ ਨਾ ਹੋਲੀ ਆ ਜਿਹੜੇ ਸੈਡ ਸੂਡ ਗਾਣੇ ਨੇ ਤੇ ਜਿਹਦੇ ਭੰਗੜਾ ਨਹੀਂ ਪੈਂਦਾ ਭੰਗੜਾ ਪੈਂਦਾ ਢੋਲ ਸ਼ੋਲ ਤੇ ਬੜੇ ਬੂਸਟਡ ਗਾਣੇ ਜਿਹੜੇ ਹੈਵੀ ਹੈਵੀ ਗਾਣੇ ਹੈਵੀ ਗਾਣੇ ਹੁੰਦੇ ਨੇ ਜਿਨ੍ਹਾਂ ਤੇ ਪੰਜਾਬੀ ਵੀਰੇ ਜਿਹੜੇ ਨੇ ਛਾਲਾਂ ਛੁਲਾਂ ਸਹੀ ਮਾਰਸਨ ਤੇ ਯਾਰ ਲੈਵਲ ਬੜਾ ਹੀ ਮਜ਼ਾ ਆਇਆ ਭੰਗੜਾ ਪੈਰ ਨੂੰ ਜਾ ਕੇ ਸਬਸਕ੍ਰਾਈਬ ਕਰੋ ਤੇ ਚੜ੍ਹਦੇ ਲੈਂਦੇ ਪੰਜਾਬ ਨੂੰ ਸਬਸਕ੍ਰਾਈਬ ਕਰੋ ਇੰਜ ਦੇ ਬੜੇ ਵੀਡੀਓ ਤੁਹਾਨੂੰ ਮਿਲਣ ਵਾਲੇ ਨੇ ਸਾਡੇ ਰਿਐਕਸ਼ਨ ਵੀਡੀਓ ਤੇ ਦੱਸਿਓ ਵੈਸ ਭਾਈ ਤੁਹਾਨੂੰ ਭੰਗੜੇ ਦਾ ਕੋਈ ਮਜ਼ਾ ਆਇਆ ਯਾਰ ਮੈਨੂੰ ਤਾਂ ਇੰਨਾ ਮਜ਼ਾ ਆਇਆ ਤੁਸੀਂ ਯਕੀਨ ਨਹੀਂ ਕਰਨਾ ਕਿ ਤੁਸੀਂ ਆਖੋ ਕਿ ਭਰਾਇਆ ਵੀ ਮਾਰਨ ਡਿਆ ਮੇਰਾ ਦਿਲ ਕਰਦਾ ਸੀ ਕਿ ਮੈਂ ਖੁਦ ਭੰਗੜਾ ਪਾਵਾਂ ਵਿੱਚ ਲੇਕਿਨ ਮੈਨੂੰ ਸਹੀ ਤਰ੍ਹਾਂ ਆਉਂਦਾ ਨਹੀਂ ਸੀ ਭੰਗੜਾ ਪਾਉਣਾ ਤੇ ਇਹ ਹੁਣ ਆਪਣੇ ਵੀਰਾਂ ਗਾਣੇ ਦੇ ਜਿਹੜਾ ਜਦੋਂ ਸਟੈਪ ਬਦਲਦੇ ਸੀ ਨਾ ਬਿਲਕੁਲ ਉੱਥੇ ਦਿਲ ਕਰਦਾ ਸੀ ਕਿ ਮੈਂ ਖੁਦ ਹੀ ਉੱਠ ਕੇ ਨੱਚਾਂ ਗਾਣਾ ਆਪਣਾ ਭੰਗੜਾ ਪਾਵਾਂ ਲੇਕਿਨ ਮੈਂ ਕਨਫਿਊਜ਼ ਇਸ ਤੋਂ ਵਜ੍ਹਾ ਤੋਂ ਕਿ ਮੈਨੂੰ ਥੋੜ੍ਹਾ ਜਿਹਾ ਆਉਂਦਾ ਨਹੀਂ ਇਹ ਹੁਣ ਆਪਣੇ ਵੀਰਾਂ ਭਰਾਵਾਂ ਕੋਲ ਸਿੱਖਾਂਗੇ ਡਾਂਸ ਵੇਖਾਂਗੇ ਨਾਲ ਤੁਹਾਡੇ ਨਾਲ ਸ਼ੁਰੂ ਕਰਾਂਗੇ ਖੁਦ ਵੀ ਤੁਹਾਨੂੰ ਪਾ ਕੇ ਭੰਗੜਾ ਵਹਾਵਾਂਗੇ ਤੇ ਇੰਜ ਹੀ ਇੰਜੋਏ ਕਰਦੇ ਰਹਾਂਗੇ ਤੁਹਾਡੇ ਨਾਲ ਮਿਲ ਕੇ ਹੁੰਦੀ ਇਹ ਗੱਲ ਵੀਰਾਂ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਹੁੰਦੀ ਹੈ ਵੈਸੇ ਪੰਜਾਬ ਦੇ ਹੋਰ ਏਰੀਏ 'ਚ ਵੀ ਗੱਲ ਹੁੰਦੀ ਹੈ ਲੇਕਿਨ ਇਹ ਵੇਖੇ ਕਦੀ ਜ਼ਿਕਰ ਨਹੀਂ ਕੀਤਾ ਲੇਕਿਨ ਇਹ ਭੰਗੜਾ ਯੂਟਿਊਬ 'ਤੇ ਵੈਸੇ ਸਿਖਾਉਂਦੇ ਨੇ ਬੜਾ ਅੱਜ ਅਸੀਂ ਭੰਗੜਾ ਅੰਪਾਇਰ ਇਹ ਵੀ ਦੱਸਦੇ ਦੁੱਸਦੇ ਰਹਿੰਦੇ ਨੇ ਲੇਕਿਨ ਇਹ ਵੇਖੇ ਜਿਹੜਾ ਪ੍ਰੈਕਟੀਕਲ ਹੁੰਦਾ ਨਾ ਬੰਦਾ ਪੰਜਾਬੀ ਆਪਣਾ ਭਰਾ ਕੋਲ ਖਲੋਤਾ ਉਹ ਸਾਨੂੰ ਸਾਰਾ ਸਿਖਾਏ ਤੇ ਮਜ਼ਾ ਆਉਂਦਾ ਇਨਸ਼ਾਅੱਲਾ ਕਿਤੇ ਚੱਕਰ ਲੱਗੇਗਾ ਪੰਜਾਬੀ ਭਰਾ ਆਉਂਦੇ ਰਹਿੰਦੇ ਨੇ ਇੱਥੇ ਗੁਰਦੁਆਰਿਆਂ ਦੇ ਵਿੱਚ ਕਰਤਾਰਪੁਰ ਹੋ ਗਿਆ ਗੁਰੂ ਨਨਕਾਣਾ ਸਾਹਿਬ ਹੋ ਗਿਆ ਹੋਰ ਵੀ ਇੰਜ ਦੇ ਬੜੇ ਗੁਰਦੁਆਰੇ ਨੇ ਪਾਕਿਸਤਾਨ ਜਿੱਥੇ ਆਉਂਦੇ ਰਹਿੰਦੇ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਤੇ ਵੈਸੇ ਵੀ ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਵੈਲਕਮ ਕਰਨੇ ਪਾਕਿਸਤਾਨ ਕਰਤਾਰਪੁਰ ਦੇ ਵਿੱਚ ਜਿੱਥੇ ਤੁਸੀਂ ਆਓ ਸਾਨੂੰ ਮਿਲ ਸਕਦੇ ਹੋ ਤੇ ਐਂਡ ਤੇ ਫਿਰ ਉਹੀ ਗੱਲ ਸਬਸਕ੍ਰਾਈਬ ਲਾਈਕ ਬੈਲ ਕਰਨ ਤਾਂ ਦਿਓ ਵੀਰਾਂ ਨੂੰ ਇਜਾਜ਼ਤ ਤੁਸੀਂ ਦੱਸਿਆ ਸਾਡੇ ਨਾਲ ਤੁਸੀਂ ਦੱਸਣਾ ਕਿ ਸਾਨੂੰ ਸਾਡੇ ਨਾਲ ਵੇਖਣ ਦਾ ਤੁਹਾਨੂੰ ਮਜ਼ਾ ਆਇਆ ਕਿ ਨਹੀਂ ਬਿਲਕੁਲ ਲਾਜ਼ਮੀ ਦੱਸਣਾ ਤੇ ਫਿਰ ਦਿਓ ਵੀਰਾਂ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਅੱਲਾ ਹਾਫਿਜ਼ ਅੱਲਾ ਹਾਫਿਜ਼